ਅਸਲਾਮ ਵਾਲੇਕਮ, ਵੈਲਕਮ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਯੂਟਿਊਬ ਚੈਨਲ ਫਰਕ ਵਲੋਗ 'ਤੇ ਅਤੇ ਮੇਰੇ ਫੇਸਬੁੱਕ ਪੇਜ ਫਰਕ ਵਲੋਗ 'ਤੇ। ਅਗਰ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਅਤੇ ਮੇਰੇ ਪੇਜ ਨੂੰ ਫੋਲੋ ਕਰ ਲਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਰੋਬਰ ਪਹੁੰਚਦੀ ਰਹੇ। ਅਤੇ ਜਨਾਬ, ਕਰਦੇ ਹਾਂ ਅੱਜ ਦਾ ਵਲੋਗ ਸ਼ੁਰੂ। ਅਤੇ ਮੈਂ ਇਸ ਟਾਈਮ ਮੌਜੂਦ ਹਾਂ ਮੌਸਮਵਾਲ ਮੇਨ ਅੱਡੇ 'ਤੇ, ਕਿਉਂਕਿ ਇੱਕ ਮਹਿਮਾਨ ਆ ਰਿਹਾ, ਉਹਨੂੰ ਰਿਸੀਵ ਕਰਨ ਆਏ ਹਾਂ ਅਸੀਂ। ਅਤੇ ਉਸ ਮਹਿਮਾਨ ਦੀ ਮੁਲਾਕਾਤ ਮੈਂ ਤੁਹਾਡੇ ਨਾਲ ਪਹਿਲਾਂ ਵੀ ਕਰਵਾ ਚੁੱਕਿਆ, ਵੀਡੀਓ ਰਾਹੀਂ ਤੁਸੀਂ ਦੇਖਿਆ ਹੋਣਾ। ਉਹਨਾਂ ਨਾਲ ਅਸੀਂ ਪਹਿਲੇ ਵੀ ਮਿਲ ਚੁੱਕੇ ਹਾਂ, ਲੇਕਿਨ ਅੱਜ ਉਹਨਾਂ ਨੂੰ ਮੈਂ ਮੌਸਮਵਾਲ ਇਨਵਾਈਟ ਕੀਤਾ ਸੀ ਅਤੇ ਉਹ ਆ ਰਹੇ ਨੇ ਮੇਰੇ ਕੋਲ। ਉਹਨਾਂ ਨੂੰ ਕਰਾਂਗੇ ਇੱਥੋਂ ਰਿਸੀਵ। ਅਤੇ ਬਾਕੀ ਕਿਹੜਾ ਮਹਿਮਾਨ ਹੈ ਉਹ ਤੁਹਾਡੇ ਵਾਸਤੇ ਸਰਪ੍ਰਾਈਜ਼, ਉਹ ਵੀਡੀਓ ਵਿੱਚ ਅੱਗੇ ਵੇਖਿਓ ਕੌਣ ਆ ਰਿਹਾ ਮੈਨੂੰ ਮਿਲਣ। ਅਤੇ ਫਿਰ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਅਤੇ ਬਾਕੀ ਮਿਲਣੇ ਹਾਂ ਜਦੋਂ ਅਸੀਂ ਆਪਣਾ ਮਹਿਮਾਨ ਰਿਸੀਵ ਕਰ ਲਿਆ ਹੈ। ਹਾਂਜੀ, ਅਤੇ ਮੈਨੂੰ ਕਾਲ ਆ ਚੁੱਕੀ ਹੈ, ਉਹ ਕਹਿੰਦੇ ਜੀ ਅਸੀਂ ਪਹੁੰਚਣ ਵਾਲੇ ਹਾਂ। ਮੈਂ ਵੀ ਆ ਚੁੱਕਿਆ ਵਾਂ ਅੱਡੇ 'ਤੇ ਅਤੇ ਜਾਂਦੇ ਹਾਂ ਅਤੇ ਕਰਨੇ ਉਹਨਾਂ ਦਾ ਵੇਟ, ਪਹੁੰਚਣ ਵਾਲੇ ਹੁਣੇ ਅਤੇ ਫਿਰ ਉਹਨਾਂ ਨੂੰ ਕਰਨੇ ਆ ਰਿਸੀਵ। ਇਹ ਹੈ ਜੀ ਸਾਡਾ ਮੌਸਮਵਾਲ ਮੇਨ ਅੱਡਾ। ਮਹਿਮਾਨ ਪਹੁੰਚ ਚੁੱਕੇ ਨੇ ਮਾਸ਼ਾਅੱਲਾ, ਤੇ ਬਹੁਤ ਦੇਰ ਕਰਤੀ ਵਾਲੀ ਭਾਈ ਆਉਂਦੇ ਆਉਂਦੇ, ਯਕੀਨ ਕਰੋ ਕਦੋਂ ਦਾ ਵੇਟ ਕਰ ਰਿਹਾ ਮੈਂ ਤੁਹਾਡਾ। ਅੱਛਾ, ਤੇ ਮੈਂ ਯਾਰ ਸੁਬਹ ਦਾ ਵੇਟ ਕਰ ਕਰਕੇ ਮੈਂ ਕਿਹਾ ਹੁਣ ਆ ਰਹੇ ਨੇ ਹੁਣ ਆ ਰਹੇ ਨੇ, ਬਸ ਅਸੀਂ ਜਿਹੜਾ ਨਾ ਖਾਣੇ ਵਾਲ ਥੋੜਾ ਜਿਹਾ ਲੇਟ ਹੋ ਗਿਆ ਸਾਨੂੰ। ਅੱਛਾ, ਤੇ ਲਓ ਜੀ ਜਨਾਬ ਅਲੀ ਭਾਈ ਹੋਰੀ ਪਹੁੰਚ ਗਏ ਨੇ ਸਾਡੇ ਖਾਸਮ ਖਾਸ ਮਹਿਮਾਨ, ਵਨ ਐਂਡ ਓਨਲੀ ਅਲੀ ਸ਼ਾਹੀਨ ਭਾਈ। ਤੇ ਜਲਦੀ ਜਲਦੀ ਭਾਈ ਨੂੰ ਯੂਟਿਊਬ ਤੇ ਸਬਸਕ੍ਰਾਈਬ ਕਰ ਦਿਓ, ਟਿਕਟੋਕ ਤੇ ਫੋਲੋ ਕਰ ਲਓ, ਨਵੇਂ ਅਕਾਊਂਟ ਨੂੰ ਵੀ ਪੁਰਾਣੇ ਅਕਾਊਂਟ ਨੂੰ ਫੁੱਲ ਪਿਆਰ ਮੁਹੱਬਤ ਦਿਖਾਣਾ ਆਪਣਾ। ਤੇ ਨਾਲ ਸਾਨੂੰ ਭਾਈ ਮਿਲੇ ਨੇ ਸਾਨੂੰ ਮੁਹੱਬਤ ਕਰਨ ਵਾਲੇ, ਚਾਹਤ ਕਰਨ ਵਾਲੇ। ਤੇ ਤੁਸੀਂ ਕੁਝ ਕਹਿਣਾ ਚਾਹੋਗੇ ਭਾਈ? ਜੀ, ਮਾਰਾ ਆਪਣਾ ਵੀ ਯੂਟਿਊਬ ਚੈਨਲ ਹੈ, ਚਨੂ ਦਾ ਮੁੰਡਾ ਮੀਆਂ ਚਨੂ ਦੇ, ਯਾਨੀ ਕਿ ਮੈਂ ਮੀਆਂ ਚਨੂ ਤੇ ਮੌਸਮ ਵਾਸਤੇ ਬਿਲੋਂਗ ਕਰਦਾ ਹਾਂ ਤੇ ਮੇਰਾ ਵੀ ਯੂਟਿਊਬ ਤੇ ਚੈਨਲ ਹੈ ਨਾਮ ਦਾ। ਭਾਈ ਸੇ ਮਿਲ ਕੇ ਰਾਜ ਮਾਸ਼ਾਅੱਲਾ ਬਹੁਤ ਖੁਸ਼ੀ ਹੋਈ ਯਾਰ। ਆਪ ਦੇਖ ਲੈ ਵੀਰ, ਮੈਨੂੰ ਸਰਪ੍ਰਾਈਜ਼ ਦੇ ਦਿਆ ਆਪਕੋ ਅਚਾਨਕ ਹੀ। ਆਪ ਤਾਂ ਵੀਰ ਮੇਰੇ ਗਾਉਂ ਸੇ ਵੀ ਹੈ ਔਰ ਭਾਈ ਵੀ ਹੈ, ਬੜੇ ਠੀਕ ਹੈ, ਬਾਕੀ ਵੀ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ, ਠੀਕ ਹੈ। ਤੋ ਦੇਖ ਲੈ, ਸਰਪ੍ਰਾਈਜ਼ ਦੇ ਦਿਆ ਆਪਕੋ ਮੈਨੇ, ਹੈ ਅਚਾਨਕ ਹੀ ਮੁਲਾਕਾਤ ਹੋਈ ਹੈ, ਸਰਪ੍ਰਾਈਜ਼ ਹੈ ਕਿ ਬੋਲਾ ਵੀ। ਅੱਛਾ, ਆਪਣੇ ਚੈਨਲ ਦਾ ਨਾਮ ਵਗੈਰਾ ਬਤਾ ਦੇ। ਚੰਨੂ ਦਾ ਮੁੰਡਾ, ਠੀਕ ਹੈ ਜੀ, ਚੰਨੂ ਦਾ ਮੁੰਡਾ। ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ, ਟਿਕਟੋਕ ਤੇ ਵੀ ਆਈਡੀਆ ਹੈ ਵਾ, ਟਿਕਟੋਕ ਤੇ ਵੀ ਇਸੇ ਨਾਮ ਤੋਂ ਆਈਡੀਆ ਤੇ ਜਾ ਕੇ ਭਾਈ ਨੂੰ ਫਾਲੋ ਕਰੋ ਤੇ ਆਪਣਾ ਮੁਹੱਬਤ ਦਿਖਾਓ, ਆਪਣਾ ਪਿਆਰ ਦਿਖਾਓ। ਤੇ ਇਸ ਟਾਈਮ ਜਨਾਬ ਸਾਡੇ ਮਹਿਮਾਨ, ਸਾਡੇ ਬੱਬਰ ਸ਼ੇਰ, ਸਾਡੇ ਚੰਨੂ ਦਾ ਸ਼ਹਿਜ਼ਾਦਾ ਪਹੁੰਚ ਚੁੱਕਿਆ ਸਾਡੇ ਕੋਲ। ਤੇ ਬਾਕੀ ਹੁਣ ਅਸੀਂ ਬਹਿੰਦੇ ਹਾਂ, ਗੱਪਸ਼ਪ ਮਾਰਨੇ ਆ ਤੇ ਫਿਰ ਮਿਲਦੇ ਹਾਂ ਤੁਹਾਨੂੰ ਬਾਅਦ। ਅਲੀ ਭਾਈ ਹੋਰੀ ਆਏ ਨੇ, ਬਿਲਕੁਲ ਥੱਕੇ ਟੁੱਟੇ ਹੈ, ਖਾਣੇ ਵਾਲੋਂ ਆ ਰਹੇ ਹੋ? ਜੀ ਸਰ, ਖਾਣੇ ਵਾਲੋਂ ਆ ਸੁਣਾ, ਗਰਮੀ ਦੀ ਕੀ ਸੁਣਤੇ ਆ ਰਹੀ, ਗਰਮੀ ਨਾ ਹਾਲੇ ਸਾਡੀ ਦੇਖੋ ਸਰ। ਤੇ ਜਨਾਬ ਭਾਈ ਹੋਰੀ ਵੀ ਥੱਕ ਚੁੱਕੇ ਨੇ, ਮੇਰਾ ਖਿਆਲ ਹੈ ਪਸੀਨੇ ਨਾਲ ਬੁਰਾ ਹਾਲ ਹੋਇਆ। ਤੇ ਅਲੀ ਭਾਈ ਹੋਰਾਂ ਨੇ ਇਹ ਵੇਲਾ ਯਾਰ ਅਲੀ ਹੋਰਾਂ ਨੇ ਮੇਰੇ ਵਾਸਤੇ ਮੰਗਵਾ ਲਿਆ, ਹਾਲਾਂਕਿ ਮੈਨੂੰ ਚਾਹੀਦਾ ਸੀ ਨਾ ਮੰਗਵਾਉਣਾ। ਬਾਕੀ ਹੁਣ ਜਲਦੀ ਜਲਦੀ ਜਾਣਾ ਚੈਨਲ ਤੇ, ਆਪਣੀ ਮੁਹੱਬਤ ਆਪਣਾ ਪਿਆਰੋ ਖਾਣਾ, ਜਲਦੀ ਜਲਦੀ ਸਬਸਕ੍ਰਾਈਬ ਕਰੋ, ਵੀਡੀਓ ਨੂੰ ਵਾਚ ਕਰੋ ਐਂਡ ਤੱਕ ਤੇ ਆਪਣਾ ਪਿਆਰੋ ਖਾਓ, ਮੌਸਮਵਾਲ ਵਾਲਿਓ ਵੀ, ਮੀਆਂ ਚੰਨੂ ਵਾਲਿਓ ਵੀ, ਠੀਕ ਹੈ, ਤਾਂ ਕਿ ਪਤਾ ਚੱਲੇ ਕਿ ਹਾਂ ਮੌਸਮਵਾਲ ਤੇ ਮੀਆਂ ਚੰਨੂ ਦੀ ਆਵਾਮ ਸਾਨੂੰ ਵੇਖ ਕੇ ਮੁਹੱਬਤ ਕਰ ਰਹੀ ਹੈ, ਤੇ ਕਮੈਂਟ ਲਾਜ਼ਮੀ ਕਰਕੇ ਦੱਸਣਾ। ਬਹੁਤ ਸ਼ੁਕਰੀਆ ਅਲੀ ਭਾਈ ਤੁਹਾਡੇ ਟਾਈਮ ਕੱਢਣ ਦਾ, ਤੁਹਾਡੀ ਮੁਹੱਬਤਾਂ ਦਾ। ਤੇ ਬਾਕੀ ਹੁਣ ਜਾ ਰਹੇ ਹੋ? ਬਾਕੀ ਮੈਂ ਤੇ ਕਹਿ ਰਿਹਾ ਸੀ ਰੁਕ ਤੇ ਖਾਣਾ ਖਾਣਾ ਖਾ ਕੇ ਜਾਂਦੇ, ਤੇ ਬਾਕੀ ਹੁਣ ਅਲੀ ਭਾਈ ਚੱਲੇ ਨੇ ਤੇ ਅਸੀਂ ਉਹਨਾਂ ਨੂੰ ਦਿੰਦੇ ਹਾਂ ਇਜਾਜ਼ਤ, ਤੇ ਇਨਸ਼ਾਅੱਲਾ ਦੁਬਾਰਾ ਮੁਲਾਕਾਤ ਹੋਈ ਤੇ ਤੁਹਾਨੂੰ ਜ਼ਰੂਰ ਕਰਾਂਗੇ, ਠੀਕ ਹੋ ਗਿਆ ਭਾਈ, ਬਹੁਤ ਸ਼ੁਕਰੀਆ।
ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ, ਅਤੇ ਬਾਕੀ ਅਸੀਂ ਵਲੋਗ ਦਾ ਕਰਨੇ ਇੱਥੇ ਹੀ ਐਂਡ, ਅਤੇ ਮਿਲਾਂਗੇ ਕਿਸੇ ਨਵੇਂ ਵਲੋਗ 'ਚ, ਉਦੋਂ ਤੱਕ ਅੱਲਾ ਹਾਫਿਜ਼। ਅਤੇ ਲਓ ਜੀ, ਅਲੀ ਭਾਈ ਹੋਰੀ ਜੇ ਨੇ ਜਾ ਅੱਲਾ ਹਾਫਿਜ਼ ਕਰਤਾ ਸੀ ਉਹਨਾਂ ਨੂੰ।